ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਸੋਲੇ ਦੀ ਵੱਡੀ ਖਬਰ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਰਕਾਰੀ ਬੱਸਾਂ ਨੂੰ ਲੈ ਕੇ ਆ ਰਹੀ ਹੈ ਜੀ ਸਰਕਾਰੀ ਬੱਸਾਂ ਦੇ ਵਿੱਚ ਲਾਗੂ ਕੀਤੀ ਜਾਵੇਗੀ ਸੈਂਸਰ ਆਧਾਰਿਤ ਪ੍ਰਣਾਲੀ ਹਰ ਪਾਸੇ ਹੋ ਰਹੀ ਨੇ ਚਰਚੇ ਇਸ ਵਕਤ ਦੀ ਬਹੁਤ ਵੱਡੀ ਖਬਰ ਹੈ ਜੀ ਖਬਰ ਨਾਲ ਹੰਤਕ ਜਰੂਰ ਜੁੜੇ ਰਹਿਣਾ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਤਾਂ ਜੋ ਇਸੇ ਤਰ੍ਹਾਂ ਦੀਆਂ ਜੀ ਤਾਜ਼ਾ ਤੇ ਵੱਡੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਿਆ ਕਰਨ ਸੋ ਇਸ ਵਕਤ ਦੀ ਬਹੁਤ ਵੱਡੀ ਖਬਰ ਲੈ ਕੇ ਪੇਸ਼ ਹੋਏ ਹਾਂ ਜੀ ਸੋ ਦੋਸਤੋ ਹਰਿਆਣਾ ਬੱਸਾਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਯਾਤਰੀਆਂ ਦੀ ਗਿਣਤੀ ਤੇ ਨਜ਼ਰ ਰੱਖਣ ਦੇ ਲਈ ਹਰਿਆਣਾ ਸਰਕਾਰ ਨੇ ਸਾਰੀਆਂ ਸਰਕਾਰੀ ਬੱਸਾਂ ਦੇ ਵਿੱਚ ਸੈਂਸਰ ਆਧਾਰਿਤ ਸਿਸਟਮ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਸਿਸਟਮ ਲੱਗਣ ਤੋਂ ਬਾਅਦ ਜੀ ਪ੍ਰਸ਼ਾਸਨਿਕ ਅਧਿਕਾਰੀ ਬੱਸਾਂ ਦੇ ਵਿੱਚ ਸਵਾਰ ਹੋਣ ਅਤੇ ਉਤਰਨ ਵਾਲੇ ਯਾਤਰੀਆਂ ਦੀ ਗਿਣਤੀ ਤੇ ਨਜ਼ਰ ਰੱਖਣਗੇ ਕਾਸ ਗੱਲ ਇਹ ਹੈ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਨੂੰ ਸਾਲਾਨਾ ਕਰੀਬ 1.5 ਕਰੋੜ ਰੁਪਏ ਦੀ ਬਚਤ ਹੋ ਸਕੇਗੀ। ਦਰਅਸਲ ਜੀ ਬੱਸਾਂ ਤੇ ਸੈਂਸਰ ਸਿਸਟਮ ਦੇ ਵਿੱਚ ਵਿਕਨ ਵਾਲੀਆਂ ਟਿਕਟਾਂ ਦੇ ਡੇਟਾ ਦਾ ਆਸਾਨੀ ਨਾਲ ਮੇਲ ਜਿਹੜਾ ਕੀਤਾ ਜਾ ਸਕਦਾ ਹੈ ਜਿਸ ਨਾਲ مالیਏ ਦੇ ਨੁਕਸਾਨ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਵੇਗਾ। ਇਸ ਨਵੀਂ ਪ੍ਰਣਾਲੀ ਨੂੰ ਰੈਵਨਿਊ ਲੀਕੇਜ ਡਿਟੈਕਸ਼ਨ ਸਿਸਟਮ ਦੇ ਤਹਿਤ ਲਾਗੂ ਕਰਨ ਦੀ ਯੋਜਨਾ ਹੈ। ਸੀਐਮ ਮਨੋਹਰ لال ਖੱਤਰ ਨੇ ਵੀ ਆਪਣੇ ਬਜਟ ਭਾਸ਼ਣ ਦੇ ਵਿੱਚ ਇਸ ਨਵੀਂ ਯੋਜਨਾ ਦਾ ਜ਼ਿਕਰ ਕੀਤਾ।